ਸੁਬਾ ਦੀ ਕਿਵੇਂ ਪੜਦੇ ਬੈਠੇ ਹੋ, ਸਲਵਾਰ ਦਾ ਵਕਤ ਠੀਕ ਕਰੀ, ਬਸੀ ਆਲਾ ਪਤੋਂ ਮੱਕੋ ਬਤੋਂ ਅਲਜਬਾ
بسم الله الرحمن الرحيم السلام منا أهل البيت صلوات شیعہ کچھ آکھ سے سنی کچھ آکھ سے
देवबंद पूजक सी सिर ना लाओ बरेलवी पूजक सी अहले हदीस पूजक सी जाकिर पूजक सी खतीब पूजक सी मौलवी पूजक सी मेरे को पूछो जन्नत का रास्ता तो मैं पूजक सा मुश्ताक शाह को पूछो तो पूजक सी नासिर तलहाड़े को पूछो तो पूजक सी कहीं सियासी को पूछो तो पूछा से अहले सुन्नत को पूछो तो पूछा सी 60 70 80 साल जड़ी उम्र इवें तलाशी ते फिरदे फिरदे न गुजार कुरान पाक को जड़ो ने जन्नत दा रास्ता पूछे ऐसा सीधा रास्ता ते को कुरान जन्नत दा दसेसी जेड़ा मेन गेट ते पहुंचा के अबू तालिब दे बचड़े नाल मुलाकात ਜੁੱਤੀ ਤੇ ਬਹੁਤ ਸਾਰੇ ਕਿਹਾ ਦੇ ਕਿਹੜੇ ਵੇਲੇ ਆਏ ਹੋ
ਕਹਿੰਦੇ ਜਿਹੜੇ ਰਸ਼ ਆਈ ਤੇ ਫਿਰ ਬੈਠਾ ਵਿਚੇ ਵਾਲੀ ਆਵਾਜ਼ ਨਹੀਂ ਆਉਂਦੀ ਪਈ ਦਰਮਿਆਨ ਜਿਹੜੇ ਮੇਰੇ ਕੋਲ ਰਸ਼ ਆਈ ਨਾ ਤੇ ਪਿੰਡ ਵੀ ਵਿਚੇ ਨਾ ਆਵੇ ਮੈਂ ਅਭੀ ਉਸ ਵੇਲੇ ਦੋ ਅੱਖਰ ਅਮਲ ਨਾ ਮੈਂ ਖੁਸ਼ ਪੜੋ ਬੜਾ ਰਸ਼ ਆਈ ਅਜੇ ਸੀ ਤੁਹਾਡੀ ਦੁਆ ਬੜਾ ਕਾਰੋਬਾਰ ਪਿਆ ਚੱਲਦਾ ਹੀ ਖੁਰਮਾ ਦਾ ਖਜੂਰ ਦਾ ਪਿੰਡ ਦਾ ਅਜੇ ਸਹੀ ਤੁਹਾਡੀ ਦੁਆ ਹੁਣ ਜਿਹੜਾ ਇਹ ਕਰੇ ਸੀ ਅਲੀ ਪੁੱਛੇ ਸੀ ਨੋਤ ਕੇ ਕੁਝ ਨਾਲ ਸੀ ਮੌਲਾ ਫਰਮੈਂਦੇ ਬੜਾ ਟਾਈਮ ਦੁਕਾਨ ਪਿਆ ਚਲੈਂਦੇ ਰੋਟੀ ਖਾਧੀ ਅਜੇ ਸਹੀ ਟਾਈਮ ਨਹੀਂ ਲੱਗਾ ਅਲੀ ਫਰਮੈਂਦੇ ਮੈਂ ਪਿੰਡ ਵਿੱਚ ਇਹਨਾਂ ਮਨ ਕੱਪੜੇ ਬੈਠਾ ਸੀਂਦ ਹੱਥ ਦੇ ਉੱਤੇ ਜਨਾਬ ਸਲੇਮਾਨ ਲਵਾ ਸੁੱਤੋ ਕੱਪੜੇ ਬੈਠਾ ਸੀਂਦ ਕਿਬਲਾ ਮੌਲਾ ਸੇਹਤ ਦੇ ਵਿੱਚ ਜਨਾਬ ਸਲੇਮਾਨ ਫਾਰਿਸ ਕੱਪੜੇ ਸੁਣੇ ਅਲੀ ਪਿੰਡ ਬੈਠੇ ਖਾ ਅਲੀ ਇੱਕ ਦਾਣਾ ਖਾ ਕੇ ਨਾ ਉਠਲੀ ਚੁਕਾਈ ਹੈ ਨਾ ਇਹ ਇੰਜ ਉਹ ਫਾਰਸੀ ਦੀ ਚੋਰੀ ਚ ਵੰਡ ਇਹ ਇੰਜ ਦਿੱਤੀ ਤੂੰ ਸਹੀ ਵੇ ਅਲੀ ਜੇ ਸਹੀ ਮੈਂ ਵੱਡਾ ਤੁਸੀਂ ਛੋਟੇ ਹੋ ਅਲੀ ਫਰਮਾਇਆ ਉਹ ਰਿਹਾ ਵਧਿਆ ਇਹ ਕੀ ਆਖੇ ਉਹ ਆ ਕਿਸੇ ਜ਼ਹਿਰੀ ਉਮਰ ਦੇ ਕੋ ਮੈਂ ਵੱਡਾ ਅਲੀ ਫਰਮਾਇਆ ਤੂੰ ਵੱਡੇ ਅੱਜ ਜੀ ਅਸੀਂ ਵੱਡਾ ਨਾ ਤੁਸੀਂ ਮਜ਼ਾਕ ਕੀਤੀ ਅਲੀ ਫਰਮਾਇਆ ਗੱਲ ਮਜ਼ਾਕ ਦੀ ਨਹੀਂ ਪਹਿਲੇ ਇਹ ਦੱਸਾ ਤੂੰ ਵੱਡੇ ਅੱਜ ਜੀ ਵੱਡਾ ਸੀ ਮੌਲਾ ਫਰਮਾਇਆ ਮੈਂ ਕੋਈ ਗੁਜ਼ਰੀ ਹੋਈ ਕਹਾਣੀ ਸੁਣਾ ਜਿਹੜੀ ਬੜੀ ਪੁਰਾਣੀ ਤੇਰੇ ਕੋਲੋਂ ਅਜੇ ਅਲੀ ਗੱਲ ਤਾਂ ਬੜੀ ਪੁਰਾਣੀ ਜਿਹੜੀ ਗੱਲ ਮੈਂ ਪਿਆ ਕਰਾਂਦਾ ਇਸ ਕੋ 330 ਸਾਲ ਹੋ ਸਿਰ ਹਲਾ ਕੇ ਤੋਂ ਵੱਧ ਨਾ ਇਸ ਗੱਲ ਕੋ ਬੜਾ ਸਹੀ 330 ਸਾਲ ਗੁਜ਼ਰ ਗਏ ਮੈਂ ਸੱਤ ਕਿਤਾਬਾਂ ਚੋਂ ਪੜ੍ਹਦਾ ਬੈਠਾ ਮੈਂ ਕਦਾ ਉਹ ਸ਼ੈ ਪੜ੍ਹੀ ਨਹੀਂ ਜਿਹੜੀ ਮੇਰੀ ਅੱਖ ਤੋਂ ਨਾ ਗੁਜ਼ਰੇ ਮੈਂ ਤਸੱਲੀ ਨਾਲ ਤੁਸੀਂ ਬੈਠਾ ਜਿਹੜੀ ਗੱਲ ਮੈਂ ਚੜੇ ਜੀਵਨੀ ਮੈਂ ਸਲੇਮਾਨ ਤੋਂ ਆਪਕੋ ਪਿਆ ਸੁਣਵੈਂਦਾ ਇਸ ਗੱਲ ਕੋ ਕੀ ਗਏ 330 ਸਾਲ ਬੜੀ ਪੁਰਾਣੀ ਗੱਲ ਹੈ ਅਦੇ ਜੇ ਸੁਣਵਾ ਅਦੇ ਜੰਗਲ ਚ ਕੀਆਂ ਲੱਕੜੀ ਇਕੱਠੀਆਂ ਕੀਤੀਆਂ ਗਰਮੀ ਆ ਗਈ ਡਾਢੀ ਆਈ ਲੱਕੜੀ ਇਕੱਠੀਆਂ ਕਰਕੇ ਪਾਣੀ ਆਈ ਮੈਂ ਨਾਵਣ ਲੱਗ ਗਿਆ ਇਰਾਦਾ ਕੀਤਾ ਵੀ ਹੁਣ ਘਰ ਵੰਜਾ ਕੋਈ ਠੰਡ ਹੋ ਗਈ ਇੱਥੇ ਤਾਂ ਜਿੱਥੇ ਮੇਰੇ ਕੱਪੜੇ ਪੈਣ ਉੱਥੇ ਜੰਗਲ ਦੇ ਜਾਨਵਰ ਸ਼ੇਰ ਖੜੋਤੇ ਮੈਂ ਪਾਣੀ ਦੇ ਵਿੱਚ ਖੜੋ ਕੇ ਮੈਂ ਪਸੀਨਾ ਆ ਗਿਆ ਇਤਨਾ ਖੌਫ ਜ਼ਦਾ ਥੀਆ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਇੱਕ ਵਿਰਦ ਪੜ੍ਹਦੇ ਹੈ ਹਲੋ ਹਲੋ ਸਿਰ ਹਲੋ ਮੈਂ ਆਪ ਪਿਆ ਮੈਂ ਕੋ ਬਚੜੇ ਜੀਵਨੀ ਬਿਰਦ ਯਾਦ ਆਈ ਮੈਂ ਬਿਰਦ ਪੜੇ ਸਫੈਦ ਰੰਗ ਦਾ ਘੋੜੇ ਮੈਂ ਕੋ ਅੱਜ ਆ ਯਾਦ ਪਿਆ ਮੈਂ ਸਭ ਤੱਕ ਖਜਦਾ ਤੇ ਉੱਤੇ ਇੱਕ ਮਰਦ ਮੁਜਾਹਿਦ ਬੈਠੇ ਸੁਨੇਜ ਰੰਗ ਦੀ ਤਲਵਾਰ ਹੈ ਉਹ ਸ਼ੇਰ ਦੀ ਕੰਡ ਦੇ ਉੱਤੇ ਤਲਵਾਰ ਦੇ ਨੋਕ ਰੱਖ ਕੇ ਫਰਮਾਇਦੇ ਜਿਹੜੇ ਸਾਡੇ ਉਹ ਮੈਂ ਕੁਝ ਨਾ ਕਰ ਬੱਚਾ ਜ਼ਬਾਨ ਨਾਲ ਸਿੱਖੋ ਜਨਾ ਸੈਂਦਾ ਬਜ਼ੁਰਗਾਂ ਕੋਲ ਸਿੱਖੋ ਕਿਉਂ ਬੈਠੋ ਉਹ ਤਲਵਾਰ ਦੀ ਨੋਕ ਰੱਖੀਏ ਉਹ ਤਲਵਾਰ ਦੀ ਨੋਕ ਰੱਖੀਏ ਜੰਗਲ ਦੇ ਜਾਨਵਰ ਸ਼ੇਰ ਦੀ ਕੰਡ ਥੋੜਾ ਜਿਤਨਾ ਮੁਸਕਰਾ ਕੇ ਮਰਵੈਂਦੇ ਜਿਹੜੇ ਸਾਡੇ ਉਵੇਂ ਨਾ ਉਹਨਾਂ ਨੂੰ ਕੁਝ ਨਹੀਂ ਆਖੀਦਾ ਸ਼ੇਰ ਤਾਂ ਉਸ ਵੇਲੇ ਨੱਸ ਗਈ ਮੈਂ ਮਹਿਰ ਆਇਆ ਮੈਂ ਘੋੜੇ ਸਵਾਰ ਦਾ ਸ਼ੁਕਰੀਆ ਅਦਾ ਕੀਤਾ ਇਤਨਾ ਮੌਲਾ ਸਿਹਤ ਦੇ ਵੀ ਲੁਤਫ ਸੀ ਸ਼ੀਆ ਤੇ ਸੁੰਨੀ ਕੋ ਜਿਤਨੀ ਜੋ ਹਾਂ ਘਰਾਂ ਨੂੰ ਅਲੀ ਨਾਲ ਮੁਹੱਬਤ ਹੈ ਮੈਂ ਚਿਹਰੇ ਪਰ ਗਿਆ ਸਾਂ ਯ
ਜਾਰੀ ਮੈਂ ਉਹਦਾ ਸ਼ੁਕਰੀਆ ਅਦਾ ਕੀਤਾ। ਘੋੜੇ ਸਵਾਰ ਘੋੜਾ ਪਿੱਛਾ ਮੋੜੇ, ਮੈਂ ਪੇੜ ਉੱਤੇ ਹੱਥ ਰੱਖਿਆ, ਕਹਿ ਇੰਜ ਨਹੀਂ ਵੇ ਤੂੰ ਵੀ ਖੜੋ ਵੱਜੋ ਬੱਚੜੇ ਜੀ ਕਹਿੰਦੀ ਗੁਲਦਸਤਾ ਮੈਂ ਸੋਹਣਾ ਬਣਾ ਕੇ ਦਾ ਵੀ ਮੈਂ ਫੁੱਲਾਂ ਦਾ ਗੁਲਦਸਤਾ ਬਣਾਇਆ ਮੈਂ ਉਹ ਜਵਾਨ ਦੇ ਹੱਥ ਤੇ ਰੱਖਿਆ ਉਹ ਖੁਸ਼ ਥੀ ਕੇ ਚਲਾ ਗਈਏ ਇਹ ਆ ਪੁਰਾਣੀ ਗੱਲ ਹੈ ਸਲਮਾਨ ਆਕਾ ਚਲਾ ਗਿਆ ਹਸਨੈਨ ਦੇ ਬਾਬੇ ਸੱਜੀ ਆਸਤੀਨ ਚੋਂ ਗੁਲਦਸਤਾ ਕੱਢ ਕੇ ਫਰਮਾਇਆ ਨਾ ਖੁਸ਼ਬੂ ਸੋਹਣ ਸਾਰੇ ਜਿਹੜੀ
دیوار آدھی ہے میرے کھپے تک میں گیند بنا کے نہ پاؤں چھاتی کے تلے پہ چھاتی کے تلے پہ یہ میرے کھبے آتا کام میں سجا کرنا میرا کرسی کو یہ واہ واہ سارے واسطے کوئی مسئلہ کو نہیں مسئلہ یہ ہوتا بھی بندہ پڑھے ایسا کہ بندے کو سوچنا ہوئے میں جو 8 گھنٹے بیٹھا رہی ہوں وصول کیسے کر کے آ اسے تو نام ذکر ہے موت حق کے یار ہے امام دا بابا یہ جملہ مولا سید دی ویسا ہی مارے دادے دا میرے ابوئی میں آ گئے خدا کرے میں پڑھ گی نہ جے کو گل لگے چنگی اودی ہلے زبان جن دے مزاج دے خلاف ہوے انجن کرے جو میں بھی تو دانے چوندا یار امام دا بابا میرا مرشد علی ابو طالب دا بچڑا اہل سنت جڑے بیٹھے نو دا چوتھا خلیفہ جڑے سید بیٹھے نو انہاں دا دادا جڑے شیعہ بیٹھے نو دا پہلا امام صفین تو واپسی تے علی قبرستان میں جو گزردا پے ہے میرے مرشد علی نوکراں تے جڑے نال انہاں کو فرمایا جلدی ہووے لگے وے جے میرے نال وجنا وے تے 5-10 منٹ کھڑ ونجو یہ جڑے ستے پین قبراں وچ میں علی انہاں نال دو گلاں کر مزدوری مزدوراں دی کھا گیا ہاویں
کہ سونا محل بنایا ہاوی تو مر گئے تو محل مثل کھنڈرات بن گئے اتھاں کوئی نہیں رہتا میں علی گزرتا پیا وی جڑے چپ کر گئے تھوڑی طبیعت ٹھیک ہے یہ جو مولد فرمانے دے کٹے تھی ون لگ گئے ہوں جڑا اگلا فرمان ہے یہ آڈر ہووے جناب دا تا پڑھتا ورنہ میں نہ پڑھتا جو بڑا مشکل جی ہے میں فیس ریڈنگ ہی کر کے دساں اجازت ہے قبلا دعا فرمائے نمبر چار میں نے مولا علی پیو فرمائندا ہے جے بیوی دے پچھوں ماں چھوڑ دتی آوی جے وائف پڑھ لکھ میں نے کہے وائف سنے دے وائف نہیں کرے انگریز وائف سنے دے رشتے دار ہٹ گیا ہر حکم کو حکم آخر سمجھے نا نہ کیوں کرے دا ہمیں نہ یا کرے نہ ہمیں نہ نہ ہاں ہاں اگو تیری جرات نہیں جو تو بولے آکے غلط پہ یادی اندھے پیچھو خاندان چھوڑ دیتے آنی میں ابو طالب دا وجرا تے کو پیر سینا اجا تیری قبر دی مٹی اوے سنی پہ یائی او شادی کر گی دیئے میں گزرتا پیا نہیں میں آکے تیری گزرتا تیری ماں وہ ہے جڑی کافر ہے تیرا پیو وہ ہے جڑا کافر ہے نہ آنکھ
ਆਖਵਾ ਕੇ ਗੱਲ ਕਰੇ, ਨਾ ਗੱਲ ਦਾ ਜਵਾਬ ਦੇਵੇ, ਨਾ ਉਲਟਾ ਕਰੇ, ਨਾ ਪਿਓ ਤੇ ਮਾਂ ਦੇ ਲਹਿਜੇ ਤੋਂ ਜ਼ਰੂਰ ਲਹਿਜਾ ਉੱਚਾ ਰੱਖੇ। ਅਖੀਰ ਤੇ ਅਹਿਲੇ ਸੁਨਨਤ ਦਾ ਚੌਥਾ ਖਲੀਫਾ ਪਿਆ ਫਰਮਾਉਂਦੇ, ਇੱਕੇ ਗੱਲ ਦਾ ਖਿਆਲ ਰੱਖੇ, ਜਦੋਂ ਪਿਓ ਤੇ ਮਾਂ ਰਲ ਕੇ ਆਖੇ ਨਾ ਦੀਨ ਇਸਲਾਮ ਛੋੜ ਤੇ ਮੁਹੱਬਤ ਅਲੀ ਛੋੜ, ਮੈਂ ਅਲੀ ਪਿਆ ਦਾ ਹੁਣ ਮਿੰਟੀ ਨਾ ਲਾ ਮਾਈ ਛੋੜ ਤੇ ਪਿਓ। زمین چھوڑنی پوے، جائیداد زر دولت پیسہ کسے چ وفا کوئی نہیں، نہ پیسے چ نہ زمین چ چھوڑ۔ ترے چیزاں زندگی چ نہ چھوڑے، یہ میری گزارش، یہ میری عرض، یہ میری رکش۔ امام حسین علیہ السلام دے ذاکر دی وجہ نال یہ میرا حکم بھی، ترے چیزاں زندگی چ نہ چھوڑے، نہ کدی نماز چھوڑے، نہ کدی محبت امیر کائنات چھوڑے، نہ حسین دی ماتمداری چھوڑے، نہ حسین دی عزاداری چھوڑے۔ دیکھو دھیاں پیاریاں علی کو جوڑی پھیلا من آج خالی بلے میں جانے
ਮਗਰ ਉਹ ਬੰਦਾ ਜਿਹੜਾ ਨੀਅਤ ਨਾਲ ਸ਼ੈਤਾਨ ਦੇ ਦਰਵਾਜ਼ੇ ਤੇ ਮੰਸ ਸਬੀਲ ਤੇ ਮੇਰਾ ਸਰਦਾਰ ਨੌਕਰੀ ਲੱਗੀ ਸੁਬਾ ਵੰਜਿਆ ਸ਼ਾਮ ਮੇਰੇ ਵੱਲ ਆਵਿਆ ਦਾੜੀ ਲੈ ਪਈ ਲੈਣਾ ਨਾ ਦਿੱਤੀ ਜਵਾਨੀ ਨਸੀਬ ਹੋ ਗਈ ਸੁਬਾ ਦੇ ਟਾਈਮੇ ਮੂਸਾ ਕਾਜ਼ਮ ਦਾ ਬੱਚਾ ਸਬੀਲ ਵਾਲੇ ਪਾਸੇ ਟੁਰੇ ਅਬੂ ਬਸੀਰ ਦੀ ਬੀਵੀ ਸਾਹਮਣੇ ਆਖੀ ਅਬੂ ਬਸੀਰ ਜੀ ਧੀ ਜਵਾਨ ਹੈ ਕੋਈ ਅੱਛਾ ਜਿਹਾ ਰਿਸ਼ਤਾ ਮਿਲੀ ਤਾਂ ਕਰ ਮੇਰਾ ਹੱਕ ਬਣਦਾ ਕੋਈ ਤਲਾਕ ਅਬੂ ਬਸੀਰ ਦੇਖਿਆ ਤੇ ਆਸਮਾਂ ਦੀਆਂ ਮਾਂ ਰਾਣੀ ਤਾਂ ਕਹਿੰਦੀ ਨਹੀਂ ਲੈ ਹੈ ਜ਼ਰੂਰ ਮੈਂ ਰੋਣ ਦਾ ਤੱਕ ਬਿਲਕੁਲ ਨਹੀਂ ਅਜੀਬ ਜ਼ੇਨੀ ਨਾ ਖਾਨਦਾਨ ਦਾ ਪਤਾ ਅਗੋ ਰਿਸ਼ਤੇ ਦੀ ਗੱਲ ਹੈ ਪਿਆਰੀ ਕਿਸੇ ਹੁੰਦੀ ਨਾ ਖਾਨਦਾਨ ਦਾ ਪਤਾ ਨਾ ਹਸਰ ਨਸਰ ਦਾ ਪਤਾ ਨਾ ਪੱਤਰ ਨਾ ਪੱਤਰ ਜਵਾਨੀ ਨਸੀਬ ਹੋਈ ਅਜਾ ਔਰਤ ਬੁਲੇ ਦੀ ਖਲੋਤੀ ਹੈ ਉਹ ਸੀਰ ਔਰਤ ਦੇ ਮੂੰਹ ਤੇ ਹੱਥ ਦਿੱਤਾ ਅਦੇ ਰੱਬ ਦਾ ਨਾ ਹੀ ਅੰਗਾ ਨਾ ਬੋਲੇ ਜਿਹੜੇ ਮੇਰੇ ਘਰ ਹੀ ਜੁੜਦੇ ਹੈ ਮੈਂ ਕੋਈ ਸਤੋਂ ਆਏ ਨਾ ਇਹ ਵੀ ਰੁਲਾ ਹੋਇਆ ਸੈਯਦ ਜ਼ਾਤ ਲੁਕਾਈ ਵੰਦੇ ਇਹ ਵੀ ਰੁਲਾ ਹੋਇਆ ਸ਼ਾਦੀ ਮੇਰਾ ਇਤਰਾਜ਼ ਕੋਈ ਨਹੀਂ ਸ਼ਾਦੀ ਦੀ ਮੌਲਤ ਸਿਹਤ ਜਿਵੇਂ ਤਾਰੀਖ ਰੱਖੀ ਗਈ ਪਦਰਾਣ ਵਾਲੇ ਜੋ ਜੋ ਤਾਰੀਖ ਨੇੜੇ ਆਉਂਦੀ ਗਈ ਹੈ ਸਬੀਲ ਤੇ ਰੋਵਿਆ ਘਰ ਬਹਿ ਕੇ ਰੋਵਿਆ ਸ਼ਹਿਰ ਤੋਂ ਬਹਿਰ ਬਣ ਕੇ ਰੋਵਿਆ ਸ਼ਾਦੀ ਵਾਲੇ ਦਿਨ ਹੁਣ ਜੇ ਹਾਏ ਨਾ ਕੀਤੀ ਬਤੂਲ ਗਵਾਏ ਬਦਰਾੜੀ ਨੂੰ ਲੁੱਕ ਗਿਣ ਕੇ ਵੈਸਾ ਇੱਕ ਜ਼ਈਫਾ ਔਰਤ ਹਾਲ ਚਾਹੇ ਕਾਸਿਮ ਦੇ ਗੱਲ ਹੀ ਕੰਮ ਹੱਥ ਜੋ ਉੱਤੇ ਕੀਤੇ ਸੀ ਨਾ ਜ਼ਵਾਬ ਤੇ ਨਿਗਾਹ ਪਈ ਅੱਖੀ ਤੇ ਦੌੜੀ ਆਸਮਾਨ ਅਜੀਬ ਸ਼ੌਹਰ ਵੀ ਆ ਮਿਲਦਾ ਹੀ ਖੁਸ਼ੀਆਂ ਦੇ ਵਿੱਚ ਲੋਕ ਖੁਸ਼ ਨਹੀਂ ਨੇ ਮੈਂ ਹਾਰ ਪਵਾਉਣ ਗਈ ਹਾਂ ਉਹ ਗਰੀਬ ਤਰੋ ਦਾ ਅਰੇ ਜਾਣੇ ਚੰਦ ਜਵਾਨ ਕਿਸ ਤੇ ਆ ਗਏ ਸੋ ਦੇਖ ਕੇ ਆ ਦੀਏ ਦੇਰ ਨਾ ਕਰ ਵਾਪਸ ਵੰਨ ਮੇਰੇ ਸ਼ਹਿਨਸ਼ਾਹ ਕੋ ਆ ਖੋਵਣ ਵਾਲੀ ਕਨੀਸ ਪਈ ਆ ਦੀ ਖੁਸ਼ੀਆਂ ਦੇ ਲੋਕ ਖੁਸ਼ ਨਹੀਂ ਨੇ ਰੋਂਦੇ ਨਹੀਂ ਮੈਂ ਪਿਓ ਦੀ ਮਿੰਨਤ ਕਰਦੀ ਹਾਂ ਸ਼ਾਦੀ ਦੀ ਤਾਰੀਖ ਮੈਂ ਵਧਵੈਂਦੀ ਹਾਂ ਕਿੱਥਾਂ ਹੀ ਬਹਿਣਾ ਹੈ ਨਹੀਂ ਤਾਂ ਕਿਥਾਈ ਮਾਰਾਂ ਦੇ ਸਦਵਾ ਕਿਥਾਈ ਮਿਰਾਰਾਂ ਦੇ ਸਦਵਾ ਕਿਥਾਈ ਬਾਬਾ ਰਾਂ ਦੇ ਵਾਹ ਇਹ ਹੁਣ ਰੋਣੇ ਹੋ ਸਾਰੇ ਇਵੇਂ ਤਾਂ ਮੈਂ ਚਾਹ ਜਿਹੜਾ ਰੋਣ ਆਇਆ ਉਹ ਜਿੱਥੇ ਬੈਠੇ ਉਸ ਰੋਣ ਹੈ ਜਦ ਮੁਕੱਦਰ ਚ ਨਹੀਂ ਕੁਝ ਨਹੀਂ ਹੋ ਸਕਦਾ ਫੜਾ ਨਾਲ ਕੁਝ ਨਹੀਂ ਕਰ ਸਕਦਾ ਇਹੋ ਜੁਮਲਾ ਹੈ ਜੇ ਗੁਲਵਾਰ ਜੀ ਜ਼ਾਕਰੀ ਦਾ ਪਤਾ ਲੱਗਦਾ ਨਾ ਜਦ ਜ਼ਾਕਰੀ ਕਿਆ ਹੁੰਦੀ ਹੈ ਹੁਣ ਉਹ ਬੰਦਾ ਮੈਨੂੰ ਦੇਖ ਔਰਤ ਨੇ ਕਿਹਾ ਜੀ ਕਾਸਿਮ ਆਸਮਾ ਪਿਆ ਦੀ ਮੈਂ ਪਿਓ ਦੀ ਮਿਹਨਤ ਕਰੇ ਦੀਆਂ ਸ਼ਾਦੀ ਦੀ ਤਾਰੀਫ ਵਧਵੈ ਦੀਆਂ ਕਿਥਾ ਰਹਿਣਾ ਹੀ ਨਹੀਂ ਸਦਵਾ ਚੰਡਾ ਸਾਹਿਬ ਵਰ ਕੇ ਆਦੇ ਉਹ ਕਵਾਂ ਕਿਹਾ ਮੇਰੀ ਕੋਈ ਹਿੱਕ ਚੰਦ ਬੰਦੇ ਹੀ ਰਹਿ ਗਏ ਬਾਕੀ ਉਹ ਅਖੀਰ ਤੱਕ ਮਸਰੂਫ ਸਹਿਣ ਇਹਨਾਂ ਦੀ ਜ਼ਿੰਦਗੀ ਕਰੇ ਸੈਯਦ ਗਵਾਏ ਸਾਲ ਦੇ ਬਾਅਦ ਮਾਲਿਕ ਨੇ ਧੀ ਅਤਾ ਕੀਤੀ ਭੇਣ ਦੇ ਨਾਂ ਨਾਲ ਨਾਂ ਮਨਸੂਬ ਕਰਕੇ ਫਾਤਮਾ ਦਿਨ ਗੁਜ਼ਰਦੇ ਰਹੇ
ਤੇ ਜੀ 4-5 ਸਾਲ ਦੀ ਹੋਈਏ ਸੀਨੇ ਦੀ ਹਿਲ ਉੱਤਰੀ ਗਈ ਜੇ ਤੱਕ ਬਾਬਾ ਨਾ ਆਵੇ ਸਭੇ ਆਸਮਾ ਆਖਿਆ ਸੰਭੋ ਆਖਿਆ ਮਨ ਨਿੰਦਰ ਪਈਆਂ ਬਾਬਾ ਆਸੀ ਬਣਾ ਪਿਓ ਦੇ ਸੀਨੇ ਤੇ ਸਮਝੀ ਸ਼ਹਿਜ਼ਾਦਾ ਦੇਰ ਨਾਲ ਮੇਰੀ ਧੀ ਸਮਝ ਗਈ ਹੈ ਫਾਤਮਾ ਨਹੀਂ ਮੈਂ ਸ਼ਹਿਨ ਸ਼ਾਹ ਜਾਗਦੀ ਮੈਂ ਸਮਾਂ ਮੈਂ ਆ ਜਾ 4 ਦਫ਼ਾ ਖੜਾ ਦੀ ਬਾਬਾ ਆਸੀ ਸੀਨੇ ਤੇ ਸਮਝਾ ਪਰ ਮੈਂ ਨਾ ਰੋਇਆ ਫਾਤਮਾ ਆਜ ਮੇਰੇ ਬਾਜ਼ੂ ਤੇ ਲੇਟ ਮੇਰੇ ਮੂੰਹ ਕਰ ਬਚੜਾ ਸੁਤੀ ਕਰ ਹੇ ਲੋਕ ਨਥੀ ਆਦੀ ਕਿਉਂ ਬਾਬਾ ਕਾਸਮ ਰੋ ਗਿਆ ਦੇ ਇੱਕ ਦੀ ਹੇ ਲੋਕ ਥਈਏ ਇਹ ਵਤ ਪਿਓ ਮਾਰਾ ਗਿਆ ਸਕਰ ਬਲਾ ਤੇ ਸ਼ਾਮ ਤੱਕ ਮਿਟਿਆ ਤੇ ਹੁਣ ਰਲ ਕੇ ਬੰਨੇ ਜੇ ਬਦਰਾਰ ਨੂੰ ਅਤਾਏ ਰੁੱਲੇ ਹੀ ਹੋਣੋ ਸਈਆ ਦਾਦਾ ਪਤਾ ਨਹੀਂ ਕਹਿੰਦੇ ਪਾਸੇ ਨਾਲ ਦੁਆਰਾ ਦਾਦਾ ਰਾਤ ਬੈਠਾ ਬੱਚੀ 5-6 ਸਾਲ ਦੀ ਹੋਈਏ ਜਦੋਂ ਮੁਹਰਮ ਦਾ ਚੰਨ ਚੜ ਹੁਣ ਹਾਂ ਡੁਕਸੀ ਜੈ ਮਾਤ ਨਹੀਂ ਆਏ ਮੈਂ ਕੀਤੀ ਪਹਿਲੀ ਦੂਜੀ ਨੂੰ ਸੈਦ ਖਾਣਾ ਪੀਣਾ ਛੋੜ ਦੀ ਖਾਣਾ ਗਿਣ ਕੇ ਆਵੇ ਬਾਬਾ ਖਾਣਾ ਖਾਓ ਪਰ ਮਾਂ ਮੇਰਾ ਦਿਲ ਨਹੀਂ ਪਾਣੀ ਗਿਣਾ ਬਾਬਾ ਪਾਣੀ ਦਾ ਗੁੱਟ ਪਿਓ ਪਰ ਮਾਂ ਮੇਰਾ ਰੂਹ ਨਹੀਂ 8-9 ਗੁਜ਼ਰ ਗਈ ਦਾਦਾ ਦੀ ਉਮਰ ਹੈ ਦੀ ਦਾ ਹੱਥ ਪਕੜ ਫਾਤਮਾ ਆ ਮੇਰੇ ਨਾਲ ਜੋ ਸੈਯਦਾਦਾ ਪਰਦੇ ਸਲਾਮਤ ਹੋਣੀ ਸ਼ਹਿਰ ਪੈਰ ਗਿਨੇ ਟਿਬੇ ਦੇ ਨਾਲ ਹੀ ਗੁਜੋਲੀ ਬਧਾਇਆ ਸੀ ਪੇਸ਼ਾਨੀ ਦੇ ਦੋਸਤ ਦੇ ਦਿੱਤੇ ਅੱਖਾਂ ਵਸ ਪਈਆਂ ਕਾਸਿਮ ਦੀ ਆਵਾਜ਼ ਪਈਆਂ ਦੀ ਫਾਤਮਾ ਲੋਕਾਂ ਦਾ ਦਾਦਾ ਨਾਰਾਜ਼ ਹੋ ਸੀ ਬਦਲਾ ਨਾ ਲਿਓ ਹੁਣ ਮਰਦੇ
ਨਾਰਾਇਣ ਗੋਰ ਗਿੰਦਰ ਵਿੱਚ ਜ਼ਹਿਰ ਮਿਲਾਈ ਕਾਸਿਮ ਨੂੰ ਅਦਖਾ ਮੈਂ ਨੀ ਮੰਨਾ ਤਾਈ ਜਦਾ ਕੁਛ ਸੈਦ ਮਿਲਾ ਮੈਂ ਅਗੋਰ ਖਵੈਲਾ ਸੈਦਾ ਤੇ ਤੇਰੀ ਮੰਨਾ ਤਾਈ ਮੇਰੀ ਧੀ ਛੋਟੀ ਹੈ ਕਿਆ ਬਾਤ ਹੈ ਯਾਰ ਤੁਹਾਡੇ ਸਰਸ ਦੀ ਕਿਆ ਬਾਤ ਇਹ ਲੁਤਫ ਹੁੰਦਾ ਜੇ ਰੰਗ ਦਾ ਪੜਦਾ ਪਿਆ ਹੋਵੇ ਨਾ ਸਰਾਫਾਂ ਤੇ ਲੁਤਫ ਹੁੰਦਾ ਹੈ ਜੋ ਜੁਮਲੇ ਦੀ ਕਦਰ ਵਜ਼ਾਦਾਰ ਸ਼ਾਮ ਦੇ ਮੁਤਾਬਿਕ ਰਹਿੰਦਾ ਇੱਕ ਦਾਣਾ ਖਾਦਾ ਆਸਮਾਨ ਤੋਂ ਡਿੱਟਾ ਸੀਨਾ ਲੀਲਾ ਪੜ ਕੇ ਰਲਾ ਦੇ ਫਿਰਾ ਅੰਗੂਰ ਖਾਦਾ ਜ਼ਹਿਰ ਸਰ ਕੀਤੀ ਹੈ ਸਵੀਰ ਔਖੀ ਬਦ ਕੀ ਦਿਲ ਹੈ ਜ਼ਾਲਿਮ ਤੇ ਹੋਰ ਖਾ ਸਯਦਾ ਦੇ ਇੱਕ ਨਾਲ ਜੋ ਤੇਰਾ ਮਕਸਦ ਆਪਣੀ ਔਲਾਦ ਵਾਸਤੇ ਦੁਆ ਮੰਗੀ ਕਰੋ ਕਿਸੇ ਮਾਸੂਮ ਦੀ ਆਮਦ ਦਾ ਟਾਈਮ ਆਉਂਦਾ ਹੈ ਔਖੇ ਦੀਵਾਰਾਂ ਦੇ ਸਾਰੇ ਗਿੰਦਾ ਗਿੰਦਾ ਦਰਵਾਜ਼ੇ ਤੇ ਹੱਥ ਰੱਖਾ ਕਾਸਿਮ ਦੀ ਆਵਾਜ਼ ਪਿਆ ਦੀ ਫਾਤਮਾ ਦਰ ਖੋ ਬੱਚੀ ਜਲਦੀ ਨਾਲ ਬੂਆ ਖੋਲ ਝੂਠ ਬੋਲਾ ਮੁਜਰੇ ਬਾਵਾ ਟੁਰ ਨਹੀਂ ਸਕਾ ਛੜ ਪਿਆ ਬੱਚਿਆਂ ਦੀ ਬਿਸਤਰ ਨਹੀਂ ਬਣਾ ਸਕਦਾ ਉਹ ਮਾਤਰੀਆ ਉਹ ਸੱਜੂ ਬਣਾ ਲਿਆ ਬੱਚੀ ਦੌੜ ਪਈ ਹੈ ਮਾਂ ਦੇ ਸਾਹਮਣੇ ਆਈ ਹੈ ਕਾਲਾ ਲਿਬਾਸ ਰੋ ਰੋ ਕੇ ਬੈਠੀ ਆ ਦੀ ਹਾਏ ਅੰਗਲੀ ਲਾਲ ਕੇ ਕਿਉਂ ਨਹੀਂ ਬੈਠ ਆਉਂਦੇ ਹਾਏ ਅੰਗਲਾ ਸੀ ਹਾਏ ਮੁਸਾਫਿਰ ਬੱਚੀ ਦੀ ਅਵਾਜ਼ ਪਈ ਆ ਦੀ ਅੰਮਾ ਮੇਰਾ ਬਾਬਾ ਸਦੇ ਰਹੀ ਨੁਕਸਾਨ ਹੋ ਗਈ ਹੈ ਨਰਾਜ਼ ਨਾ ਹੋਈ ਉਹ ਤੇਰੀ ਜਵਾਨੀ ਦੀ ਕਸਮ ਹੈ ਦੌੜ ਕੇ ਵਾਪਸ ਆਈ ਹੈ ਕਾਸਿਮ ਦੀ ਆਵਾਜ਼ ਪਿਆ ਦੀ ਮਾਂ ਦੀ ਵੀ ਆਈ ਛੋਟੇ ਛੋਟੇ ਹੱਥ ਮਰ ਕੇ ਆ ਦੀ ਬਾਬਾ ਉਗੂ ਕੇ ਪੱਤਾ ਮੇਰੇ ਦਿਲ ਦੇ ਦਰ ਦਾ ਇਹੋ ਜਿਹੀ ਹਾਲਤ ਬਣਾ ਸਲਾਮ ਕਰਾ ਆਪ ਲੱਗੀ ਆਵੇ ਸ਼ਾਹ ਜੀ ਜਿਹੜੀ ਉਹਦੀ ਹਾਲਤ ਬਣ ਗਈ ਹੈ ਇਹ ਮਰਵੇ ਸਿਰ
میں پدھرار گزارنا ہے کتنا برداشت کر سکتے اگر جڑ کے ارمات بھی نمت میں دیکھو ہوں چاہے ہے نہ کی ارمان لکشی پہنا بابا سرویندر میں انہوں چھوٹا پترا چادر ڈھے پی ہے پیٹے ہوئی تھی انہوں دوڑی ہے اگر مار کے آئیے بابا عظیم و شان مجلس ادا دن 12 بجے سے شام تک برپا ہوگی جناب علامہ ملک محمد سگلین عباس کلو سردار خان وسیم عباس خان بلوچ جناب علامہ محمد عباس رضوی جناب علامہ غلام جعفر چتوئی جناب ذاکر سجاد حسین شاہ تب چک شماری سیدہ سید عامر عباس روانی اس مجلس پاک سے خطاب فرما ہوں گے 16 ذی الحج عظیم